Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮੈਨੂੰ ਤੇ ਇਹ ਸਮਝ ਨਹੀਂ ਆਉਂਦਾ ਕਿ ਆਖਿਰ ਇਹ ਕੁੜੀ ਚਾਹੁੰਦੀ ਕੀ ਹੈ। ਕਹਿ ਰਹੀ ਸੀ ਕਿ ਜੇ ਇਹ ਵਾਲਾ ਕੰਮ ਬਣ ਗਿਆ ਨਾ ਤੇ ਇੱਕ ਸਾਲ ਦਾ ਕੰਟਰੈਕਟ ਕਰਨਾ ਪਏਗਾ। ਹੁਣ ਕੋਈ ਉਹਨੂੰ ਇਹ ਪੁੱਛੇ ਕਿ ਜੇ ਇੱਕ ਸਾਲ ਦੇ ਲਈ ਇਹ ਕੰਮ ਕਰੇਗੀ ਤੇ ਫਿਰ ਵਿਆਹ ਕਦੋਂ ਕਰੇਗੀ? ਓਹ ਪਰਮ ਬਈ, ਹੋ ਜਾਏਗਾ ਵਿਆਹ ਵੀ, ਇੰਨੀ ਜਲਦੀ ਕੀ ਹੈ? ਦੇਖ, ਉਹਨੂੰ ਵੱਡਾ ਕੰਮ ਮਿਲਦਾ ਤੇ ਕਰ ਲੈਣ ਦੇ, ਜਦੋਂ ਸਹੀ ਟਾਈਮ ਆਏਗਾ ਨਾ ਆਪੇ ਵਿਆਹ ਹੋ ਜਾਏਗਾ। ਅਜੇ ਤੋਂ ਯਾਦ ਆਇਆ, ਪਤਾ ਨਹੀਂ ਦਿਲਜੀਤ ਜੀ ਨੂੰ ਹੀਰ ਮਿਲੇ ਵੀ ਹੋਏਗੀ ਜਾਂ ਨਹੀਂ। ਇੰਨੀ ਜਲਦਬਾਜ਼ੀ 'ਚ ਵੀ ਸੀ, ਪਤਾ ਨਹੀਂ ਇੱਦਾਂ ਦਾ ਕੀ ਕੰਮ ਸੀ। ਪਰਮ ਆ ਜਾ, ਕੀ ਸੋਚਣ ਲੱਗ ਪਈ ਹੈ? ਇਹ ਬੀਜੀ ਤੇ ਹੀਰ ਇਹੋ ਜਿਹੀ ਕਿਹੜੀ ਖਿਚੜੀ ਪਕਾ ਰਹੀਆਂ ਨੇ? ਇਹੋ ਜਿਹੀ ਵੀ ਕਿਹੜੀ ਗੱਲ ਹੈ ਜਿਹੜੀ ਸਾਰਿਆਂ ਦੇ ਸਾਹਮਣੇ ਨਹੀਂ ਹੋ ਸਕਦੀ? ਮੰਮੀ ਨੇ ਹੀਰ ਨਾਲ ਕੀ ਗੱਲ ਕਰਨੀ ਹੋਵੇਗੀ? ਕੀ ਹੋਇਆ ਆਂਟੀ ਜੀ, ਇਹਦਾ ਦੀ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਅੰਦਰੋਂ ਅੰਦਰੋਂ ਪਰੇਸ਼ਾਨ ਕਰ ਰਹੀ ਹੈ ਤੇ ਜਿਸ ਕਰਕੇ ਤੁਸੀਂ ਇੰਨਾ ਬਿਮਾਰ ਵੀ ਹੋ ਗਏ ਹੋ? ਕੀ ਦੱਸਾਂ ਪੁੱਤਰ, ਜਿੱਦਣ ਦਾ ਤੇਰਾ ਤੇ ਦਿਲਜੀਤ ਦਾ ਰਿਸ਼ਤਾ ਟੁੱਟਿਆ ਨਾ, ਇੱਕ ਪਲ ਵੀ ਚੈਨ ਦਾ ਸਾਹ ਨਹੀਂ ਲਿਆ ਤੇ ਮੈਨੂੰ ਪੁੱਤ ਕੁਝ ਵੀ ਚੰਗਾ ਨਹੀਂ ਲੱਗਦਾ। ਓਹੋ ਆਂਟੀ ਜੀ, ਤੁਸੀਂ ਹਾਲੇ ਵੀ ਉਸ ਬਾਰੇ ਸੋਚ ਰਹੇ ਹੋ? ਜੋ ਹੁੰਦਾ ਨਾ ਚੰਗੇ ਦੇ ਲਈ ਹੁੰਦਾ ਤੇ ਵੇਖੋ ਹੁਣ ਸਭ ਕੁਝ ਵਧੀਆ ਵਧੀਆ ਹੋ ਰਿਹਾ। ਤੇਰਾ ਕਹਿਣਾ ਵੀ ਠੀਕ ਹੈ, ਜੋ ਕੁਝ ਵੀ ਹੁੰਦਾ ਬਾਬਾ ਜੀ ਦੀ ਮਰਜ਼ੀ ਨਾਲ ਹੁੰਦਾ, ਪਰ ਫਿਰ ਵੀ ਅੰਦਰ ਇੱਕ ਅਜੀਬ ਜਿਹਾ ਤੂਫਾਨ ਚੱਲਦਾ। ਤੇ ਹੁਣ ਇਹ ਤੂਫਾਨ ਸ਼ਾਂਤ ਕਿੱਦਾਂ ਹੋਏਗਾ? ਤੂੰ ਮੇਰੀ ਇੱਕ ਗੱਲ ਮੰਨੇਗੀ? ਹਾਂਜੀ ਹਾਂਜੀ, ਦੱਸੋ ਤੁਹਾਨੂੰ ਕੀ ਚਾਹੀਦਾ? ਦਿਲਜੀਤ, ਜੀ ਮੰਮੀ, ਆ ਜਾ ਪੁੱਤ ਬਹਿ ਜਾ। ਹਾਂਜੀ ਮੰਮੀ, ਤੁਸੀਂ ਠੀਕ ਹੋ ਨਾ? ਹਾਂ ਮੈਂ ਠੀਕ ਹਾਂ ਪੁੱਤਰ, ਮੈਨੂੰ ਤੇਰੇ ਨਾਲ ਇੱਕ ਕੰਮ ਹੈ। ਮੈਂ ਅੱਜ ਤੱਕ ਭਲਾ ਤੁਹਾਡੀ ਕੋਈ ਗੱਲ ਮੋੜੀ ਹੈ? ਜਿਹੜੀ ਅੱਜ ਮੁੜਾਂਗਾ, ਤੁਸੀਂ ਜੋ ਕੰਮ ਕਹੋਗੇ ਮੈਂ ਕਰਾਂਗਾ। ਕੀ ਕੰਮ?
ਪੁੱਤਰ ਮੈਂ ਚਾਹੁੰਦੀ ਹਾਂ ਤੁਸੀਂ ਸਾਰੀ ਜ਼ਿੰਦਗੀ ਇੱਦਾਂ ਇੱਕ ਦੂਜੇ ਦਾ ਹੱਥ ਫੜੀ ਰੱਖੋ। ਜੀ ਹੀਰ ਤੁਸੀਂ ਦੋਨੋਂ ਵਿਆਹ ਕਰ ਲਓ। ਮੇਰੀ ਗੱਲ ਨੂੰ ਮਨਾ ਨਾ ਕਰਿਓ। ਪੁੱਤਰ ਮੈਂ ਹੀਰ ਤੋਂ ਬਿਨਾਂ ਕਿਸੇ ਨੂੰ ਆਪਣੀ ਨੂੰਹ ਦੇ ਰੂਪ 'ਚ ਨਹੀਂ ਦੇਖ ਸਕਦੀ। ਸੀਰਤ ਨੂੰ ਮੈਂ ਜਗ੍ਹਾ ਕਦੇ ਨਹੀਂ ਦੇ ਸਕਾਂਗੀ। ਬਾਬਾ ਜੀ ਦੀ ਮਰਜ਼ੀ, ਰੂਬਾਨੀ ਦੀ ਪਸੰਦ ਅਤੇ ਮੇਰੀ ਖਾਹਿਸ਼। ਸਿਰਫ ਹੀਰ ਪੁੱਤਰ ਦੋਨੋਂ ਛੇਤੀ ਛੇਤੀ ਹਾਂ ਕਰਕੇ ਇੱਕ ਦੂਜੇ ਨਾਲ ਵਿਆਹ ਕਰਾ ਲਿਆ। ਦਿਲਜੀਤ ਪੁੱਤਰ ਇਸ ਵਿਆਹ ਲਈ ਹਾਂ ਕਰਦਾ, ਵਕਤ ਦਾ ਕੀ ਭਰੋਸਾ, ਕੱਲ੍ਹ ਨੂੰ ਹੋਵਾਂ ਜਾਂ ਨਾ ਹੋਵਾਂ। ਸਮਝ ਲੈ ਇਹੀ ਮੇਰੀ ਆਖਰੀ ਇੱਛਾ। ਬੋਲ ਪੁੱਤਰ ਕਰੇਗਾ ਨਾ ਵਿਆਹ? ਠੀਕ ਹੈ ਮੰਮੀ ਜੀ, ਇਹੀ ਤੁਹਾਡੀ ਮਰਜ਼ੀ ਹੈ। ਠੀਕ ਹੈ ਮੰਮੀ, ਇਹੋ ਜਿਹੀ ਗੱਲ ਦੁਬਾਰਾ ਨਾ ਕਹਿਣਾ। ਪੁੱਤਰ ਠੀਕ ਹੈ ਆਂਟੀ ਜੀ, ਜੇ ਤੁਹਾਡੀ ਇਸ 'ਚ ਖੁਸ਼ੀ ਹੈ ਤਾਂ ਮੈਂ ਵਿਆਹ ਕਰਨ ਲਈ ਤਿਆਰ ਹਾਂ। ਘੱਟੋ ਘੱਟ ਮਾੜਾ ਵੀ ਨਾ ਸੋਚ, ਨਾਲੇ ਇਹੋ ਜਿਹਾ ਕੁਛ ਨਹੀਂ ਹੋਣ ਵਾਲਾ।
ਬੀਜੀ ਨੂੰ ਹੀਰ ਨਾਲ ਜ਼ਰੂਰ ਕੋਈ ਹੋਰ ਗੱਲ ਕਰਨੀ ਹੋਏਗੀ। ਅੰਦਰ ਆਖਰ ਚੱਲ ਕੀ ਰਿਹਾ? ਜੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।